मिट्टी वो बनानी है, अपन मिट्टी अपना ट्रैक्टर नहीं चलाना, ठीक है? चलो पापा जी थे तो बैठे हैं थे मिट्टी हैं जिसे मैं बैठा है थे बैठना। चल आया मैं तेन इतने बैठा देता, रुक जा। चल मैं उतरदा तू इतने बैठ जा, चल बैठ। चंगी तरह बैठ डेगना कोई इधर करा जाने ऐसे पानी है इतना क्या है ये ऐसे पानी है अभी बहुत है ये उधर बहुत है तो हाँ मैं बैठा हूँ तो जा मिला से देखो पापा की तो मैं जा रही हाँ कि मैं चिपकड़वा रहा हूँ आ जा ए ए उस दिन दस्ता नाला बच्चा प्यार सुखना नहीं है मैं तो नची वाली दी तू हाँ और ठीक लो जावे अच्छी लो जावे तो मुझे चुप दिल को सुन आज सब डिग्री ना क्या ना क्या अब करने में डिग्री गुड गुड। सत श्री अकाल जी सारिआं नूं, ते मिट्टी बना के रख ली है इत्थे लगूगी ये थले अंदर और इत्थे बाहर। अज नहीं लाउणी कल नूं लावांगे, क्यों अज पक जूगी चंगी तरह बन जूगी और सुबह नूं उहदे विच होर गोहा भी विच पा के ना, ते फिर गोहा मिट्टी इकट्ठा बन जूगा ते फिर ला देवांगे। फिलहाल हुण रोटी खाण दा टाइम हो गया, खांदे आ रोटी। रात असीं कढ़ी चावल ते अज देखो कढ़ी रात वाली पई है नाल लस्सी है, इधर रोटी ते खाने। कदों हो गया 10:05 हो गए उपर, ਅਤੇ ਹੁਣ 2-3 ਵਜੇ ਤੱਕ ਰੈਸਟ ਕਰਨੀ ਅਤੇ ਬਾਹਰ ਦਾ ਮੌਸਮ ਪਹਿਲਾਂ ਦੇਖ ਲੈਂਦੇ ਹਾਂ ਵੀ ਕਿੱਦਾਂ ਦਾ ਬੱਦਲ ਜਿਹਾ ਬਣਿਆ ਹੋਇਆ, ਦੇਖਦੇ ਹਾਂ ਅਤੇ ਫਿਰ ਬੈਠਦੇ ਹਾਂ। ਹਾਂ ਹਾਂ ਬੱਦਲ ਬਣਿਆ ਹੋਇਆ ਜੀ। ਓ ਜੀ 3 ਵੱਜ ਗਿਆ, ਸਿਰਫ 5 ਮਿੰਟ ਰਹਿ ਗਿਆ 3 ਵੱਜਣ 'ਚ, ਅਤੇ 5 ਘੰਟਿਆਂ ਦੀ ਰੈਸਟ ਕਰਕੇ ਹੁਣ ਉੱਠੇ ਹਾਂ। ਅਤੇ 2:30 ਉੱਠੇ ਸੀ, ਚਾਹ ਪਾਣੀ ਪੀ ਲਿਆ ਵਾ, ਅਤੇ ਹੁਣ ਚੱਲਦੇ ਹਾਂ ਉਸ ਮਿੱਟੀ ਵੱਲ ਜੋ ਸੁਬਹਾ ਬਣਾਈ ਬਣਾਉਂਦਾ ਸੀ, ਅਤੇ ਉਹਨੂੰ ਦੇਖਦੇ ਹਾਂ। ਬੂਹਾ ਬੰਦ ਕਰ ਦਿੰਦੇ ਹਾਂ ਉਹ ਮਿੱਟੀ ਵਿੱਚ, ਹੁਣ ਫਿਰ ਪਾਣੀ ਪਾ ਕੇ ਉੱਥੇ ਚੱਲਦੇ ਹਾਂ, ਪਹਿਲਾਂ ਫਿਰ ਗੱਲ ਕਰਦੇ ਹਾਂ, ਠੀਕ ਹੈ? ਮੌਸਮ ਬਹੁਤ ਵਧੀਆ ਉੱਧਰ ਹੈਗਾ, ਵਿੱਚ ਵਿੱਚ ਧੁੱਪ ਵੀ ਨਿਕਲਦੀ ਕਿਤੇ ਕਿਤੇ, ਉੱਧਰ ਦੀ ਆਪਾਂ ਜਾ ਕੇ ਮੱਝਾਂ ਦੇ ਵਿੱਚੋਂ ਦੀ ਲੰਘ ਲੁੰਘ ਕੇ ਉਹ ਖੜਾ ਸਾਹਮਣੇ ਫੋਰ ਟਰੈਕਟਰ ਅਤੇ ਨਾਲ ਮਿੱਟੀ ਸਿਮਰਨ ਪਹਿਲਾਂ ਪਹੁੰਚ ਗਈ ਇੱਥੇ। ਇਹ ਹੁਣ ਮਿੱਟੀ ਵਿੱਚ ਫਿਰ ਪਾਣੀ ਪਾ ਕੇ ਅਤੇ ਇਹਨੂੰ ਇਹਦੇ ਵਿੱਚ ਫਿਰ ਪੈਰ ਮਾਰਦੇ ਨੇ, ਕਿਉਂ ਜਿੰਨਾ ਟਾਈਮ ਜ਼ਿਆਦਾ ਇੱਦਾਂ ਰੱਖਾਂਗੇ ਬਣਾ ਕੇ ਅਤੇ ਵਧੀਆ ਪੱਕ ਜੂਗੀ, ਪੂਰੀ ਘੈਂਟ ਬਣ ਜੂਗੀ ਲਾਉਣ ਵਾਸਤੇ। ਕੰਮ ਕਰ ਲੈਂਦੇ ਹਾਂ ਫਿਰ ਗੋਹਾ। ਹਾਂ ਹਾਂ ਚੱਲ ਗੋਹਾ ਵੀ ਵਿੱਚ ਹੁਣ ਥੋੜ੍ਹਾ ਹੋਰ ਪਾ ਦੇਣਾ ਗੋਹਾ, ਅਤੇ ਮੈਂ ਪਾਣੀ ਪਾ ਕੇ ਵਿੱਚ ਅਤੇ ਕੰਮ ਸ਼ੁਰੂ ਕਰਦਾ ਇਹ। ਇਹ ਪਈ ਸਾਹਮਣੇ ਬਾਲਟੀ, ਪਾਣੀ ਲੈਣ ਦਾ ਅਤੇ ਵਿੱਚ ਵੜ ਕੇ ਮਿੱਟੀ ਦੇ ਤਰੀਕਾ ਪੂਰੀ ਜੰਮ ਗਈ ਇੱਕ ਵਾਰ, ਅਤੇ ਪਾਣੀ ਪਾ ਕੇ ਫਿਰ ਇਹਨੂੰ ਇੱਕ ਪਾਸੋਂ ਵਾਹਟ ਜੀ ਲਾ ਦਿੰਦੇ, ਫਿਰ ਗਿੱਲੀ ਕਰ ਦੇਵਾਂਗੇ। ਇੱਦਾਂ ਹੀ ਹੁਣ ਕੱਲ੍ਹ ਨੂੰ ਸੁਬਹਾ ਤੱਕ ਵੀ ਐਵੇਂ ਕਰਾਂ, ਮੈਂ ਸ਼ਾਮ ਨੂੰ ਵੀ ਇਹਦੇ ਉੱਤੇ ਪਾਣੀ ਪਾਉਣਾ ਪੈਣਾ, ਪਾ ਦਿੰਦੇ ਹਾਂ ਪਾਣੀ। ਆ ਵਿੱਚ ਗੋਹਾ ਵੀ, ਇੱਕ ਬੱਠਲ ਗੋਹਾ ਵੀ ਵਿੱਚ ਸਿੱਟਤਾ, ਇਹ ਵੀ ਨਾਲ ਹੀ ਰਲਾ ਦੇਣਾ ਵਾ, ਠੀਕ ਹੈ? ਹਾਂ ਹੁਣ ਪਾਣੀ ਪੈਂਦਾ ਸਾਰੀ ਵਧੀਆ ਨਾ,
ਐਨ ਮੁਲਾਇਮ ਹੋ ਗਈ ਫਿਰ ਮਿੱਟੀ, ਆ ਸਾਈਡਾਂ ਤੋਂ ਪੱਕੀ ਪਈ ਆ ਇੱਥੇ। ਦਰੱਖਤਾਂ ਦੇ ਥੱਲੇ ਬੈਠੇ ਤੇ ਸੰਘਣੀ ਛਾਂ ਤੇ ਦੋ ਠੰਡੀ ਠੰਡੀ ਹਵਾ ਚੱਲ ਰਹੀ ਬਹੁਤ ਵਧੀਆ, ਤੇ ਇੱਧਰ ਪੰਨੀ ਵੀ ਬੈਠੀ ਹੋਈ ਹੈ ਨਾਲ। ਉਹ ਮੂੰਹ ਚ ਕਦੋਂ ਪਾਈ ਜਾਨੀ, ਇਹ ਕਦੋਂ ਮੂੰਹ ਮੂੰਹ ਚ ਪਾਈ ਜਾਨੀ, ਛੱਡ ਮੂੰਹ ਚ ਨਹੀਂ ਲਾਉਣੀ, ਇਹਨਾਂ ਨੇ ਮੂੰਹ ਚ ਪਾਉਣਾ। ਚੱਲ ਬਹੁਤ ਸੋਹਣੀ ਹਵਾ ਇੱਧਰੋਂ ਚੱਲ ਰਹੀ ਹੈ, ਬੈਠੇ ਸੀ ਛਾਵੇਂ। ਇੱਧਰ ਮੈਂ ਤੁਹਾਨੂੰ ਦਿਖਾਉਣਾ, ਆਹ ਦੇਖੋ ਇੱਧਰ ਪੁਦੀਨਾ ਕਿੰਨਾ ਵਧੀਆ ਖੜਾ, ਜਿਹੜਾ ਲਸਣ ਵਿੱਚ ਹੁੰਦਾ ਨਾ ਉਹ ਕਸੀ ਪੂਰਾ ਘੈਂਟ ਹੋ ਗਿਆ। ਹਾਲੇ ਇੱਕ ਮਹੀਨੇ ਬਾਅਦ ਵੱਢਿਆ ਜਾਊ ਤੇ ਹੋਰ ਇਹਨੇ ਗਰੋਥ ਕਰ ਜਾਣੀ, ਇੱਕ ਦੂਜੇ 'ਚ ਐਂ ਫਸ ਜਾਣਾ ਇਹਨੇ ਵਿੱਚ। ਕਰ ਲਓ ਕਰ ਲਓ, ਇੱਦਾਂ ਹੋ ਜਾਣਾ ਜਿੱਦਾਂ ਆ। ਨਹੀਂ ਨਹੀਂ ਕਿੱਥੋਂ ਲੈ ਕੇ ਆਉਂਦੀ ਵੱਜਣੀ, ਤੇ ਰੱਖ ਦੇ ਦਾਤੀ ਦਾਤੀ ਰੱਖ ਦੇ ਲੈ, ਜਾ ਲਿਆ ਲੜਾ ਦੇ ਉਹ ਫੜਾ ਇੱਧਰ, ਉਹ ਵੱਜੂਗੀ ਛੱਡ ਛੱਡ। ਪੱਕਾ ਪਾਪੜ ਕੱਚਾ ਪਾਪੜ ਹੈ, ਬਣਨਗੇ ਟਿੰਡੇ, ਟਿੰਡੇ ਦੀ ਸਬਜ਼ੀ ਘਰ 'ਚ ਖਾਵਾਂਗੇ। ਅਤੇ ਮੌਸਮ ਥੋੜ੍ਹਾ ਜਿਹਾ ਹੋਰ, ਹਵਾ ਤੇਜ਼ ਹੋ ਗਈ ਆ ਅਤੇ ਵਿਗੜਦਾ ਜਾਂਦਾ ਮੌਸਮ, ਬੱਦਲ ਵੱਧਦੇ ਜਾਂਦੇ ਆ, ਮੀਂਹ ਦੇ ਚਾਂਸ ਆ ਪੈਣ ਦੇ। ਲਓ ਜੀ ਸ਼ਾਮ ਹੋ ਚੁੱਕੀ, 5:12 ਹੋ ਚੁੱਕੇ ਆ, ਅਤੇ ਹਵਾ ਜ਼ਿਆਦਾ ਚੱਲਣ ਕਰਕੇ ਨਾ ਅੱਜ ਇੱਥੇ ਰੋਟੀ ਸਬਜ਼ੀ ਨੂੰ ਹੋਊਗਾ ਔਖਾ, ਅਤੇ ਹਵਾ ਨਾਲ ਅੱਗ ਸਹੀ ਤਰੀਕੇ ਨਾਲ ਬਲਣੀ ਨਹੀਂ, ਗੈਸ ਨਹੀਂ ਬਲਣਾ। ਇਹਨੂੰ ਚੱਕ ਕੇ ਅਤੇ ਲੈ ਆਉਂਦੇ ਹਾਂ ਇਸ ਸਾਈਡ 'ਤੇ, ਇੱਥੇ ਰੱਖ ਦਿੰਦੇ ਹਾਂ ਇਸ ਸਾਈਡ 'ਤੇ ਇੱਥੇ, ਅਤੇ ਇੱਥੇ ਫਿਰ ਰੋਟੀ ਸਬਜ਼ੀ ਹੋਊਗਾ। ਇੱਧਰ ਸਬਜ਼ੀ ਕੱਟੀ ਜਾ ਰਹੀ ਹੈ ਅਤੇ ਮੈਂ ਉਹ ਚੱਕ ਕੇ ਲਿਆਉਂਦਾ, ਸਿਲੰਡਰ ਅੰਦਰ ਰੱਖਦਾ, ਕਰ ਦਿੰਦੇ ਹਾਂ ਬੰਦ। ਇੱਥੋਂ ਪਾਇਪ ਖੋਲ੍ਹ ਕੇ ਅਤੇ ਉਹ ਮੂਰੀ ਦੇ ਵਿੱਚੋਂ ਨਿਕਲ ਜਾਊਗੀ, ਫਿਰ ਅੰਦਰ ਲੈ ਜਾਣਾ। ਲਓ ਜੀ ਅੰਦਰ ਲੈ ਆ, ਹੁਣ ਹਵਾ ਦਾ ਵਿਚਾਰ ਹੋਊਗਾ ਇੱਥੇ, ਅਤੇ ਆਹ ਦੇਖੋ ਇੱਥੇ ਰੱਖਤਾ, ਅਤੇ ਜਦੋਂ ਰੋਟੀ ਸਬਜ਼ੀ ਹੋ ਗਿਆ ਫਿਰ ਇਹਨੂੰ ਬਾਹਰ ਫਿਰ ਕੱਢ ਦੇਵਾਂਗੇ। ਰਾਤ ਨੂੰ ਹਵਾ ਵੀ ਖੜ ਜੂਗੀ, ਵੈਸੇ ਹੋਣੀ ਚੱਲਦੀ ਹੈ, ਸ਼ਾਮ ਨੂੰ ਪੂਰਾ ਸਾਫ਼ ਹੋ ਜਾਊਗਾ ਮੌਸਮ, ਹਵਾ ਤਾਂ ਖੜ ਜੂਗੀ, ਬਾਕੀ ਤਾਂ ਬੱਦਲ ਵਗੈਰਾ ਦਾ ਤਾਂ ਚੱਲ ਕਹਿ ਨਹੀਂ ਸਕਦੇ। ਇੱਧਰ ਗੈਰੀ ਗੈਰੀ ਨੂੰ ਹੁਣ ਤੂੜੀ ਮਿਲਦੀ ਹੈ, ਪੱਠਾਂ ਦੀ ਘਾਟ ਆਈ ਹੋਈ, ਇਸ ਕਰਕੇ ਸਾਰੀਆਂ ਮੱਝਾਂ ਨੂੰ ਵੀ ਆ ਦੇਖੋ ਉਹ ਕਿੱਦਾਂ ਖਾਂਦੀ ਆ, ਗੈਰੀ ਦੀ ਸਿਸਟਰ। ਆ ਦੇਖੋ ਇੱਦਾਂ ਉੱਪਰ ਖੜ ਕੇ ਖਾਣ ਦਾ ਤਰੀਕਾ। ਆਪਾਂ ਹੁਣ ਚੱਕ ਕੇ ਲਿਆਉਣਾ ਵਾ ਚੱਕੀ ਤੋਂ ਆਟਾ, ਪਰਸੋਂ ਦਾਣੇ ਰੱਖ ਕੇ ਆਇਆ ਸੀ ਚੱਕੀ 'ਤੇ, ਅੱਜ ਹੁਣ ਲੈ ਕੇ ਆਉਂਦੇ ਹਾਂ। ਸੁਬਾਹ ਵੀ ਗਿਆ ਸੀ, ਸੁਬਾਹ ਗੰਢ ਮਿਲੀ ਨਹੀਂ, ਹਾਲੇ ਤੱਕ ਬਣੀ ਨਹੀਂ ਸੀ ਹੋਈ, ਅਤੇ ਹੁਣ ਲੈ ਕੇ ਆਉਂਦੇ ਹਾਂ। ਬਿਨਾਂ ਸਟਾਰਟ ਕੀਤੇ ਹੀ ਤੁਰ ਪਈ, ਲਓ ਜੀ ਆਟਾ ਲੈ ਕੇ ਆ ਗਿਆ ਅਤੇ ਖੜਾਈਏ ਹੁਣ, ਅਤੇ ਇੱਥੇ ਰੱਖ ਦਿੰਦੇ ਹਾਂ, ਫਿਰ ਬਾਅਦ ਵਿੱਚ ਇਹਦੇ ਮਿੱਟੀ ਵਿੱਚ ਪਾ ਦਿੰਦੇ ਹਾਂ। ਅਤੇ ਇੱਧਰ ਬਣ ਰਹੀ ਆ ਸਬਜ਼ੀ, ਇੱਧਰ ਆਟਾ ਜੀ। ਖੇਤ ਪਹੁੰਚ ਚੁੱਕਿਆ ਮੈਂ, ਅਤੇ ਆਹ ਸਾਈਡ 'ਤੇ ਇੱਧਰ ਨੂੰ ਮੈਂ ਤੁਹਾਨੂੰ ਦਿਖਾਉਣਾ, ਆਹ ਖੜ੍ਹੇ ਆ ਪੱਠੇ ਆਪਣੇ, ਆਹ ਕੱਲ੍ਹ ਪਾਣੀ ਵੀ ਲੱਗ ਚੁੱਕਿਆ ਇਹਨਾਂ ਨੂੰ, ਲਾ ਤਾ ਕੱਲ੍ਹ, ਆਹ ਦੇਖੋ ਹਾਲੇ ਯੂਰੀਆ ਤਾਂ ਨਹੀਂ ਪਾਈ, ਪਾਣੀ ਲਾ ਚੁੱਕੇ ਲਾ ਤਾ, ਅਤੇ ਉਹ ਸਾਹਮਣੇ ਜਿਹੜੇ ਇੱਥੇ ਬੀਜੇ ਉਹਨਾਂ ਦੀ ਪੂਰੀ ਗਰੋਥ ਨਹੀਂ ਹੋ ਰਹੀ,
ਪਤਾ ਨਹੀਂ ਕੀ ਚੱਕਰ, ਸੁੰਡੀ ਵਗੈਰਾ ਨਾ ਖਾ ਗਈ ਉਹਨਾਂ ਨੂੰ। ਤੇ ਆਹ ਹੈਗਾ ਵਾ ਥਾਂ ਛੱਡਿਆ ਜੀ ਪਨੀਰੀ ਬੀਜਣ ਵਾਸਤੇ, ਪਰ ਵਿੱਚ ਇਹ ਪਾਣੀ ਪੈ ਗਿਆ ਇਹਦੇ ਵੀ, ਸੁੱਕੂਗੀ ਤਾਂ ਫਿਰ ਇਹਦੇ ਵਿੱਚ ਵੀ ਕੋਈ ਕਾਰਵਾਈ ਹੋਊਗੀ ਅਗਲੀ। ਅਤੇ ਮੌਸਮ ਦੇਖ ਸਕਦੇ ਹਾਂ ਤੁਸੀਂ, ਹੈ ਨਾ, ਐਂ ਜੀ ਲੱਗਦਾ ਜਿਵੇਂ ਸ਼ਾਮ ਨੂੰ ਹਨੇਰ ਆਉਣਾ ਆਊਗਾ। ਇਸ ਸਾਈਡ ਤੋਂ ਧੂੜ ਜੀ ਦਿਸਦੀ ਆ, ਹਨੇਰ ਜਿਹਾ ਜਦੋਂ ਆਉਣਾ ਹੈ ਨਾ ਇੱਦਾਂ ਦਾ ਬਣਿਆ ਰਹਿੰਦਾ। ਚਲੋ ਦੇਖਦੇ ਹਾਂ ਬਾਕੀ ਕੀ ਬਣਦਾ ਵਾ, ਮੀਂਹ ਵਗੈਰਾ ਵੀ ਪੈਣ ਦੀ ਸੰਭਾਵਨਾ। ਚਲੋ ਕੋਈ ਨਹੀਂ, ਹੁਣ ਤਾਂ ਫਸਲਾਂ ਵਗੈਰਾ ਸਾਂਭ ਚੁੱਕੀਆਂ ਸਾਰੀਆਂ, ਲਸਣ ਕਣਕ ਵਗੈਰਾ ਹੋਰੇ ਪਰੇ, ਹੈ ਨਾ। ਕੈਂਟ ਖੜਾ ਪੂਦਣਾ ਵੀ, ਚਲੋ ਚੱਲਦੇ। ਸੱਤ ਵੱਜ ਕੇ 20 ਮਿੰਟ ਹੋ ਗਿਆ ਅਤੇ ਬਾਹਰ ਮੈਂ ਤੁਹਾਨੂੰ ਦਿਖਾਉਂਦਾ। ਹਾਲੇ ਤੱਕ ਤਾਂ ਚਾਨਣਾ ਚਾਨਣਾ ਹੈਗਾ, ਹਨੇਰਾ ਨਹੀਂ ਹੋਇਆ ਪੂਰਾ। ਹੋਰ 10 ਮਿੰਟ ਲੱਗਣਗੇ ਫਿਰ ਥੋੜ੍ਹਾ ਹੋਊਗਾ ਹਨੇਰਾ, ਅਤੇ ਦੇਖ ਸਕਦੇ ਤੁਸੀਂ, ਹੈ ਨਾ। ਪੂਰਾ ਟਾਈਮ ਵੱਧ ਹੋ ਜਾਂਦਾ, ਹੁਣ ਤਾਂ 7:45 ਵਗੈਰਾ ਹੋ ਜਾਂਦੇ ਜਦ ਤੱਕ ਹਨੇਰਾ ਹੁੰਦਾ। ਹਵਾ ਇਸ ਸਾਈਡ ਤੋਂ ਹਵਾ ਸੀ ਪਹਿਲਾਂ ਇਹਨੂੰ, ਹੁਣ ਇੱਧਰੋਂ ਚੱਲ ਪਈ ਇੱਧਰ ਨੂੰ।